ਸਤ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਹਾਰੇ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਗਿਆ ਦੁਪਹਿਰ ਦਾ 1 ਵਜੇ ਦੁਪਹਿਰ 1 ਵਜੇ ਬਲੌਗ ਸ਼ੁਰੂ ਕਰ ਰਹੀ ਹਾਂ ਤੇ ਮੈਂ ਹੁਣੇ ਕੱਪੜਾ ਧਾਰ ਕੇ ਲੈ ਕੇ ਆਉਣੀ ਮੈਂ ਕੱਪੜੇ ਸੁੱਕੇ ਪੈਣੇ ਕੱਪੜੇ ਧੋਤੇ ਸੀ ਅੱਜ ਤੇ ਕੱਪੜਾ ਸੁੱਕੇ ਪੈਣਾ ਕੋਟੀਆਂ ਵਿੱਚ ਨਾ ਜਿਹੜਾ ਸ਼ਕਮੀਜਾਂ ਦੇ ਬਾਹਾਂ ਹੁੰਦੀਆਂ ਨੇ ਬੜਾ ਤੰਗ ਕਰਦੀਆਂ ਨੇ ਇਕੱਠੀਆਂ ਜਿਹੀ ਹੋ ਜਾਂਦੀਆਂ ਨੇ ਉਸ ਤੇ ਕਢਾਈ ਕੋਲ ਵੀ ਹੁੰਦੀ ਮੂਰੇ ਬਹੁਤ ਤੰਗ ਕਰਦੀਆਂ ਨੇ ਨਿਚੇ ਕਿਦੇ ਮਧਵਰੀਆਂ ਨਾ ਉੱਪਰ ਇਕੱਠੇ ਹੋ ਗਈ ਜਿਵੇਂ ਸੈਟਿੰਗ ਜੀ ਕਰਨੀ ਪੈਂਦੀ ਹੈ ਜਿਵੇਂ ਕੋਟੀ ਹੁਣ ਪਾਈਏ ਬਦਲੇ ਮੈਂ ਥੋਪੇ ਬੈਠੀ ਸੀ ਸਿਰ ਨਾ ਤੇ ਸੀ ਬਾਣ ਸਿਕਾਈ ਥੋਪੇ ਬਹਿ ਕੇ ਮੈਨੂੰ ਆਈ ਨਹੀਂ ਲੱਗਿਆ ਫਿਰ ਹੋਇਆ ਵੀ ਕੋਟੀ ਪਾਉਣ ਦੀ ਲੋੜ ਨਹੀਂ ਫਾ ਜਿਵੇਂ ਅੰਦਰ ਆਇਆ ਨਾ ਬੈ ਠੰਡ ਚੜੀ ਅੰਦਰ ਨਾ ਕਿ ਫਿਰ ਮੈਂ ਹੁਣ ਕੋਟੀ ਪਾਈ ਆ ਕੋਟੀ ਪਾਵਾ ਵੀ ਤਾਂ ਫੋਲਡ ਕਰਕੇ ਰੱਖਣੀ ਪੈਂਦੀ ਹੈ ਜੀ ਕਿਚਨ ਚ ਗਈ ਪਾਣੀ ਪੂੜਿਆ ਦਾ ਕੰਮ ਕਰ ਰ ਨਾ ਦੇ ਨਾ ਗਿੱਲੀਆਂ ਅੱਗੋਂ ਫਿਰ ਮੈਂ ਥੋੜੀਆਂ ਫੋਲਡ ਕਰਾ ਲਾਣੀ ਹੁੰਦੀਆਂ ਗੰਧੀਆਂ ਵੀ ਨਹੀਂ ਹੁੰਦੀਆਂ ਤੇ ਪਾਣੀ ਚ ਗਿੱਲੀਆਂ ਵੀ ਨਹੀਂ ਹੁੰਦੀਆਂ ਹਾਂ ਇੰਨੇ ਖੌਂਦੇ ਸਹੀ ਰਹਿੰਦੀਆਂ ਨੇ ਕਿ ਕਿਸੇ ਕਿਸੇ ਦੇ ਕੋਟੀ ਦੀ ਹੁੰਦੀ ਛੋਟੀਆਂ ਨੇ ਕਿਸੇ ਦੀ ਵੱਡੀ ਹੁੰਦੀਆਂ ਨੇ ਫਿਰ ਉਹ ਬਹੁਤ ਤੰਗ ਕਰਦੀਆਂ। ਉਹਨੂੰ ਉਤਾਰ ਲਿਆ ਮੈਂ ਕੱਪੜੇ ਕੱਪੜੇ ਸੰਭਾਲਣਾ ਫਿਰ ਮੈਂ ਕਰੂੰਗੀ ਉਤਾਰ ਲਾਂਚ। ਫਿਰ ਮੈਂ ਕੱਪੜੇ ਉਤਾਰ ਲਈ ਸੀ ਬਾਹਰੋਂ ਕੱਪੜੇ ਫਿਰ ਸੰਭਾਲਣੇ ਵੀ ਹੁੰਦੇ ਹਨਾ ਪ੍ਰੈਸ ਵਾਲੇ ਅਲੱਗ ਕਰਦੀ ਹੁੰਦੀਆਂ। ਤੈਹ ਵਾਲੇ ਤੈਹ ਕਰੂੰਗੀ। ਉਹ ਜਦ ਤੱਕ ਆਪਣਾ ਕੰਮ ਕੋਈ ਫਿਨਿਸ਼ ਨਾ ਹੋਵੇ ਆਪਾਂ ਨੂੰ ਚੈਨ ਨਹੀਂ ਆਉਂਦਾ ਐ ਹੁੰਦਾ। ਆਹ ਕੰਮ ਤੇ ਆ ਪਿਆ ਹਨਾ। ਤੂੰ ਅੱਛੀ ਨਿਕਲਾਈ ਅੱਜ ਮਾਰਨਿੰਗ 'ਚ ਮੈਂ ਕੱਪੜੇ ਵਾਸ਼ ਕਰਦੇ ਸੀਗੇ। ਤੂਪ ਬਹੁਤ ਵਧੀਆ ਧੁੱਪ ਅਸੀਂ ਤੇ ਕੱਪੜੇ ਵੀ ਟਾਈਮ ਨਾਲ ਸੁੱਕ ਗਏ ਤੇ ਜੋ ਕੱਪੜੇ ਨਾ ਧੁੱਪ ਨਾਲ ਸੁੱਕਦੇ ਨੇ ਤਾਂ ਆਪਦੇ ਮਨ ਨੂੰ ਵੀ ਇੱਕ ਖੁਸ਼ੀ ਜੀ ਮਿਲਦੀ ਹੈ ਸਕੂਨ ਮਿਲਦਾ ਵੀ ਚਲੋ ਕੱਪੜੇ ਵਧੀਆ ਸੁੱਕ ਗਏ ਨਹੀਂ ਅਸਿੱਲੇ-ਅਸਿੱਲੇ ਜੇ ਕੱਪੜੇ ਉਤਾਰ ਕੇ ਅੰਦਰ ਰੱਖਣੇ ਫੇਰ ਸੰਭਾਲਣੇ ਹਨ ਫੇਰ ਅਗਲੇ ਦਿਨ ਉਹਨਾਂ ਨੂੰ ਤੈਅ ਕਰਨਾ ਉਹ ਗੱਲ ਜੀ ਨਹੀਂ ਮੰਦੀ ਮਜ਼ਾ ਇਹ ਨਹੀਂ ਆਉਂਦਾ ਫਿਰ ਉਹ ਕੰਮ ਜਦ ਤੱਕ ਉਹ ਕੰਮ ਲੰਮਕੀ ਜੀ ਆਉਂਦਾ ਨਾ ਫਿਰ ਸਵਾਦ ਨਹੀਂ ਆਉਂਦਾ ਕੰਮ ਕਰਨ ਦਾ ਤੇ ਕਿਚਰ ਨਾਲ ਦੇ ਨਾਲ ਕੱਪੜੇ ਸੁੱਕ ਜਾਣ ਟਾਈਮ ਨਾਲ ਸਮਝਣ ਤਾਂ ਕੰਮ ਕਰਕੇ ਨਾ ਮਨ ਨੂੰ ਤਸੱਲੀ ਮਿਲ ਜਾਂਦੀ ਵੀ ਹਾਂ ਠੀਕ ਆ ਖੁਸ਼ੀ ਮਿਲਦੀ ਵਾ ਕੰਮ ਆਪਣਾ ਨਿਪਟ ਗਿਆ ਤੇ ਤੈਵਾਲੇ ਤੈ ਕਰ ਦੂੰਗੀ ਕਿ ਹੁਣ ਮੈਨੂੰ ਲੱਗ ਗਿਆ ਸੀ ਟਾਈਮ ਪ੍ਰੈਸ ਤਾਂ ਮੈਂ ਚਲ ਹੁਣ ਪ੍ਰੈਸ ਕਰਦੀ ਆ ਅੱਜ ਦਾ ਦਿਨ ਮੇਰਾ ਬਹੁਤ ਜਿਵੇਂ ਕਹਾਂ ਫ੍ਰੀ ਵੀ ਨਹੀਂ ਮੈਂ ਰਹੀ ਹੈਗੀ ਤੇ ਕੰਮ ਵੀ ਨਹੀਂ ਕੋਈ ਕਰਿਆ ਬਸ ਨਾ ਮੇਰਾ ਅੱਜ ਫੋਨ ਕਾਲਸ ਟਾਈਮ ਚਲਾ ਗਿਆ ਕੋਈ ਇਹ ਜੀ ਆਪਾਂ ਨੂੰ ਕਈ ਵਾਰ ਫੋਨ ਆ ਜਾਂਦਾ ਭੈਣ ਭਾਈ ਦਾ ਕਾਫੀ ਟਾਈਮ ਬਾਅਦ ਤੇ ਕਾਫੀ ਲੰਬੀ ਗੱਲ ਹੋ ਜਾਂਦੀ ਹੈ ਮੇਰਾ ਵੀ ਬਸ ਆ ਜਾ ਹੀ ਹੋ ਗਿਆ ਕਾਫੀ ਲੰਬੀ ਗੱਲ ਦੇ ਚੱਕਰ ਚ ਮੇਰਾ ਟਾਈਮ ਅੱਜ ਜਾ ਹੀ ਹੋ ਗਿਆ ਪਰ ਚਲੋ ਕੋਈ ਗੱਲ ਨਹੀਂ ਕੰਮ ਤਾਂ ਮੇਰਾ ਕੋਈ ਟਾ ਖਾਸ ਨਹੀਂ ਸੀ ਡਸਟਿੰਗ ਸੀ ਉਹ ਮੈਂ ਨੈਕਸਟ ਡੇ ਕਰ ਲੂੰਗੀ ਫਰ ਨਹੀਂ ਚਲ ਇੱਕ ਦਿਨ ਨਹੀਂ ਹੋਇਆ ਤੇ ਅਗਲੇ ਦਿਨ ਕਰ ਲੂ ਤੇ ਕੰਮ ਤਾਂ ਮੁਕਦੇ ਹੀ ਨਹੀਂ ਹੈਗੇ ਚਲੋ ਗੱਲਬਾਤ ਹੋ ਗਈ ਉਹ ਵੀ ਠੀਕ ਹੈ ਜ਼ਰੂਰੀ ਹੈ ਹਨਾ ਭੈਣ ਭਾਈ ਨਾਲ ਗੱਲਬਾਤ ਕਰਨੀ ਵੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਇਹ ਨਹੀਂ ਕਹਿ ਸਕਦੇ ਮੇਰਾ ਟਾਈਮ ਵੇਸਟ ਗਿਆ ਨਹੀਂ ਇਹ ਵੀ ਜ਼ਰੂਰੀ ਹੈ ਤੇ ਹੁਣ ਕਰ ਰਹੀ ਸੀ ਕਪੜੇ ਪ੍ਰੈਸ ਤੇ ਮੈਨੂੰ ਫਿਰ ਆਏ ਸੀ ਵੀ ਅੱਜ ਅੱਜ ਵੀ ਕਪੜੇ ਜਿਹੜੇ ਹੈਗੇ ਨੇ ਪ੍ਰੈਸ ਕਰਕੇ ਮੈਂ ਰੱਖ ਹੀ ਦਵਾਂ ਇਹ ਨਾ ਹੋਵੇ ਕੱਲ ਤੱਕ ਪਈ ਲਮਕੀ ਹਨ ਫਿਰ ਉਹੀ ਗੱਲ ਮੈਂ ਖਬਰ ਚ ਨੇ ਉਹਨਾਂ ਟਾਈਮ ਕਪੜੇ ਰੱਖਦੇ ਹੁੰਦੇ ਜਿੰਨਾ ਟਾਈਮ ਉਹ ਪ੍ਰੈਸ ਨਹੀਂ ਹੁੰਦੇ ਐਦਾਂ ਹੀ ਚੇਅਰ ਤੇ ਪਈ ਰਹਿੰਦੇ ਨੇ ਫਿਰ ਉਹ ਪਏ ਆਪ ਨੂੰ ਹੀ ਇੱਕ ਆਪ ਦੇ ਆਪ ਦੀ ਬੋਝ ਰਹਿੰਦਾ ਵੀ ਇਹ ਕੰਮ ਪਏ ਆ ਇਹ ਕੰਮ ਮੇਰਾ ਹੈਗਾ ਹਲੇ ਮੈਂ ਕਰਨਾ ਹਨ ਉਹ ਅੱਖਾਂ ਦੇ ਰੜਕੀ ਜਾਂਦਾ ਕੰਮ ਜਾਂ ਫਿਰ ਫਿਰ ਮੈਂ ਚਲੋ ਇਹ ਵੀ ਫਿਨਿਸ਼ ਕਰ ਹੀ ਦਵਾਂ ਇਸ ਲਈ ਹਰ ਇੱਕ ਕੰਮ ਲਈ ਕਿਵੇਂ ਨਾ ਕਿਵੇਂ ਟਾਈਮ ਕੱਢਣਾ ਹੀ ਪੈਂਦਾ ਹੁੰਦਾ ਹੈ ਆਪਾਂ ਕਹਿੰਦੇ ਮੇਰੇ ਕੋਲ ਟਾਈਮ ਨਹੀਂ ਆਇਆ ਨਹੀਂ ਫੇਰ ਕਰੂੰਗੇ ਨਾ ਫੇਰ ਦੀ ਫੇਰ ਰਹਿ ਜਾਂਦੇ ਆਪਾਂ ਥੋੜੇ ਜਿਹਾ ਅਨਸ ਦਿਖਾ ਲਈਏ ਤੇ ਇਸ ਕਰਕੇ ਮੈਂ ਵੀ ਹੁਣੇ ਨਾਲ ਦੇ ਨਾਲ ਅੱਜ ਕਰ ਰਹੇ ਨੇ ਕੱਪੜੇ ਪ੍ਰੈਸ ਥੋੜੇ ਕੱਪੜੇ ਸੀ ਨੇ ਜਿਆਦਾ ਹੈ ਨਹੀਂ ਸੀਗੇ ਥੋੜੇ ਸੀਗੇ ਤੇ ਨਾਲ ਦੇ ਨਾਲ ਜਿਹੜਾ ਕੰਮ ਹੋ ਜੇ ਉਹਦੇ ਵਰਗੀ ਤਰੀਕ ਸੀ ਨਗੀ ਤੇ ਕੱਪੜੇ ਹੋ ਗਏ ਪ੍ਰੈਸ ਬਸ ਦਵਿੰਦਰ ਨੇ ਸ਼ਰਟ ਸੀਗੀਆਂ ਕਹਿੰਦਾ ਮੇਰਾ ਸੂਟ ਸੀਗਾ ਸਰਦੀਆਂ ਗਰਮੀਆਂ ਕੱਪੜੇ ਤਾਂ ਪ੍ਰੈਸ ਕਰਨੇ ਹੀ ਪੈਂਦੇ ਨੇ ਗਰਮੀ 'ਚ ਆਪਾਂ ਕਹਿੰਦੇ ਨੇ ਕਾਟਣਦੇ ਨੇ ਪ੍ਰੈਸ ਕਰੇ ਬਿਨਾ ਪਾਉਣ ਦਾ ਮਜ਼ਾ ਹੀ ਨਹੀਂ ਹੁੰਦਾ ਕੱਪੜਾ ਹੁੰਦਾ ਪ੍ਰੈਸ ਨਹੀਂ ਹੈਗਾ ਤੇ ਕਮੇ ਪਾਈ ਔਖਾ ਲੱਗਦਾ ਆਪਦੇ ਆਪ ਨੂੰ ਬਿਨਾ ਪ੍ਰੈਸ ਤੋਂ ਕੱਪੜੇ ਪਾਉਣੇ ਤਾਂ ਕੱਪੜੇ ਹੋ ਗਏ ਪ੍ਰੈਸ ਮੇਰੇ ਕੱਪੜੇ ਮੈਂ ਕਬੜਚ 'ਚ ਵੀ ਟਿਕਾਤੇ ਤਾਂ ਹੁਣ ਟਾਈਮ ਹੋ ਗਿਆ ਸੀ ਲਗਭਗ ਉਰੇ ਸ਼ਾਮ ਦਾ ਫਿਰ ਮੈਂ ਸੋਚਿਆ ਹੁਣ ਕੰਮ ਤਾਂ ਹੋਰ ਮੇਥੋਂ ਕੋਈ ਹੋਣਾ ਨਹੀਂ ਡਸਟਿੰਗ ਡਸਟਿੰਗਾਂ ਦੀ ਕੁਝ ਨਹੀਂ ਹੁੰਦੀ ਹੁਣ ਤਾਂ ਕਿਹੜਾ ਟਾਈਮ ਆ ਡਸਟਿੰਗ ਦਾ ਚਲੋ ਕੱਲ ਨੂੰ ਕਰੂੰਗੀ ਫਿਰ ਮੈਂ ਸੋਚਿਆ ਚਲੋ ਨੇਲ ਪੇਂਟ ਲਗਾ ਕੱਲੋਂ ਤਾਂ ਆਦੀ ਸੁਨੀਲ ਪੈਂਟ ਤੇ ਮੈਂ ਕਿਹਾ ਅੱਜ ਲਗਾ ਲਾਂ ਨਹੀਂ ਚਲੋ ਜੀ ਮੈਂ ਅੱਜ ਵੀ ਕਾਲ ਕਰਤੀ ਫਿਰ ਆਈ ਨਹੀਂ ਪਤਾ ਕਿੰਨੇ ਦਿਨ ਮੈਂ ਇਹਨਾਂ ਲਗਾਵਾ ਹੀ ਨਾ ਕਈ ਵਾਰ ਨਾ ਆਉਂਦਾ ਵੀ ਚਲ ਛੱਡੋ ਕੋਈ ਟਾਈਮ ਹੀ ਨਹੀਂ ਫਿਰ ਮੈਂ ਆਪਦੇ ਆਪ ਨੂੰ ਕਹਿੰਨੀ ਆ ਜੀ ਮੇਰੇ ਕੋਲ ਆਪ ਦੇ ਆਪ ਵਾਸਤੇ ਟਾਈਮ ਨਹੀਂ ਹੈਗਾ ਫਿਰ ਮੇਰੇ ਇੰਨੇ ਕੰਮ ਕਰੇ ਦਾ ਕੀ ਫਾਇਦਾ ਹਨਾ ਦੂਜਿਆਂ ਵਾਸਤੇ ਮੈਂ ਆਪ ਦੇ ਆਪ ਵਾਸਤੇ ਟਾਈਮ ਨਹੀਂ ਕੱਟ ਸਕ ਰਹੀ ਟਾਈਮ ਹੋਣਾ 4 ਵਜੇ ਦਾ ਅੱਜ ਤਾਂ ਨਾ ਉਹ ਗੱਲ ਹੋ ਗਈ ਨਾ ਸੁੱਤੀ ਨਾ ਕੱਟਿਆ ਹਨਾ ਕੋਈ ਕੰਮ ਨਹੀਂ ਅੱਜ ਮੇਰਾ ਹੋਇਆ ਸਿਰਫ ਕਪੜੇ ਧੋਤੇ ਨੇ ਮੈਂ ਸਿਰ ਨਾਲ ਹੀ ਸਵੇਰੇ ਤੇ ਧੁੱਪੇ ਵਿੱਚ ਸੁਕਾ ਲਿਆ ਫੋਨ ਆ ਗਿਆ ਤੇ ਕਾਫੀ ਲੰਬੀ ਲੰਬੀ ਗੱਲ ਹੁੰਦੀ ਰਹੀ ਤੇ ਟਾਈਮ ਮੇਰਾ ਸਾਰਾ ਆ ਹੀ ਨਿਕਲ ਗਿਆ ਸੋਚਿਆ ਇਸ ਮੈਂ ਡਸਟਿੰਗ करूंगी ਪਰ ਡਸਟਿੰਗ ਕਰਨ ਦਾ ਟਾਈਮ ਨਹੀਂ ਲੱਗਿਆ ਦਪਹਿਰ ਦਾ ਟਾਈਮ ਹੋ ਗਿਆ ਲੰਚ ਟਾਈਮ ਹੋ ਗਿਆ ਫੋਨ ਆ ਗਿਆ ਤੇ ਦਿਵਿੰਦਰ ਕਹਿੰਦੇ ਜੂਸ ਬਣਾ ਦੇ ਜੂਸ ਬਣਾਤਾ ਫਿਰ ਮੈਂ ਕੱਪੜੇ ਪ੍ਰੈਸ ਕਰੇ ਵੀਡੀਓ ਵੀ ਆਪਦੀ ਹੁਣ ਐਡਿਟ ਕਰਕੇ ਹਟੀਆਂ ਕਿੰਨਾ ਟਾਈਮ ਹੋ ਗਿਆ 4:00 4:30 ਹੋ ਗਏ 4:30 ਹੋਣ ਵਾਲੇ ਨੇ ਹੁਣ ਕਰਦੀਆਂ ਚਾਹ ਮੈਂ ਕਿਹਾ ਹੁਣ ਤਾਂ ਕਿਹੜਾ ਕੰਮ ਦਾ ਟਾਈਮ ਹੈ ਡਸਟਿੰਗ ਡਸਟਿੰਗ ਹੁਣ ਤਾਂ ਕੱਲ ਨੂੰ ਦੇਖੂੰਗੀ ਚਾਹ ਕਰਕੇ ਪੀਣੀ ਆ ਆਹ ਵਾਲੇ ਟਾਈਮ ਦਾ ਮੈਨੂੰ ਇੰਨਾ ਇ ਕੰਬੀ ਕਦੋਂ 4 ਵਜਣ ਤੇ ਕਦੋਂ ਮੈਂ ਚਾਹ ਕਰਾਂ ਕਿਉਂਕਿ ਫਿਰ ਆਇਆ ਮੈਂ ਜਦਾ ਚਾਹ ਪੀ ਮੰਗੇ ਤੇ ਮੇਰੇ ਤਜਾਬ ਬੰਦ ਕੱਲ ਹੀਮਾਨੀ ਗੋਤਮ ਪੈਨ ਦਾ ਫੋਹ ਹਿਮਾਨੀ ਫੋਨ ਗਿਆ ਤੇ ਹੀਮਾਨੀ ਗੋਤਮ ਪੈਨ ਤੇ ਕਮੈਂਟ ਆਇਆ ਇਸ ਵੀਡੀਓ ਤੇ ਕਹਿੰਨੇ ਮੈਂ ਤਾਂ 6 ਵਾਰ ਚਾਹ ਪੀਣੀ ਦਿਨ ਚ ਮੇਰੇ ਤਜਾਬ ਨਹੀਂ ਬਣਦਾ ਜੇ ਮੈਂ 6 ਵਾਰ ਚਾਹ ਪੀ ਲਾ ਪਤਾ ਨਹੀਂ ਮੇਰਾ ਕੀ ਹਾਲ ਹੋ ਜੂਗਾ ਮੈਂ ਨਹੀਂ ਪੀ ਸਕਦੀ ਹੈਗੀ ਚਾਹ ਇੰਨੀ ਜਿਆਦਾ ਹੀ ਦਿਲ ਕਰਦਾ ਪੀਵਾ ਹਨਾ ਚਾਹ ਮੈਨੂੰ ਬਹੁਤ ਜਿਆਦਾ ਪਸੰਦ ਆ ਤੇ ਪਰ ਪੀ ਨਹੀਂ ਸਕਦੀ ਹੈਗੀ ਬਾਡੀ ਅਲਾਉ ਨਹੀਂ ਕਰਦੀ ਹੈਗੀ ਇੰਨੀ ਵਾਰ ਚਾਹ ਪੀਣਾ ਸਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਚੀਜ਼ ਖਾਦੇ ਤਾਂ ਆਪ ਨੂੰ ਆ ਪ੍ਰੋਬਲਮ ਸਰ ਆਪਾਂ ਉਮੇ ਜੀ ਮੇ ਘਟਾ ਵਧਾ ਲੈਨੇ ਪਰ ਮੈਂ ਅਣੀ ਵਾਰ ਚਾਹ ਨਹੀਂ ਪੀ ਸਕਦੀ ਦੋ ਵਾਰ ਹੀ ਪੀਨੀ ਆ। ਫਿਰ ਸ਼ਾਮ ਨੂੰ ਆਇਸ ਦਵਿੰਦਰ ਬਾਹਰੋਂ ਕਹਿੰਦੇ ਭੁੱਖ ਲੱਗੀ ਆ ਭੁੱਖ ਲੱਗੀ ਆ ਮੈਂ ਖਾਣਾ ਬਣਾਉਂ ਕੰਟੀਨੂ ਕਹਿੰਦੇ ਕੰਟੀਨੂ ਹੰਟੇ ਦਨ ਮਿੰਨੋ ਤਾਂ ਆਮਲੇਟ ਬਣਾ ਦੇ ਭੁੱਖ ਲੱਗੀ ਪੀ ਆ ਮੈਂ ਚਲੋ ਆਮਲੇਟ ਬਣਾ ਦਾਂ ਨੀ ਤੇ ਮੈਂ ਬਣਾ ਰਹੀ ਸੀ ਇਹਨਾਂ ਦੀ ਆਮਲੇਟ ਅੱਗੇ ਬ੍ਰੈਡ ਆਮਲੇਟ ਖਾਂਦੇ ਹੁੰਦੇ ਹੋਂਦੇ ਕਈ ਵਾਰੀ ਤੇ ਅੱਜ ਕਹਿੰਦੇ ਬ੍ਰੈਡ ਨਾਲ ਥੋੜਾ ਹੈਵੀ ਹੋ ਜੂ ਫਿਰ ਮੈਨੂੰ ਰੋਟੀ ਬਿਲਕੁਲ ਭੁੱਖ ਸੌਸ ਨਾ ਜਿਦਾਂ ਰੋ ਪਕੋਲ ਫਿਰ ਕਹਿੰਦੇ ਨੇ ਇੱਕ ਬ੍ਰੈਡ ਦਾ ਸ্লাইਸ ਜਾਂ ਦੋ ਬ੍ਰੈਡ ਦੇ ਸ্লাইਸ ਸ্লাইਸ ਕੱਟ ਕੇ ਤੋਂ ਨਾਲ ਅੱਜ ਸਿੰਪਲ ਓਮਲੇਟ ਸੀਗਾ ਨਾ ਇਹਨਾਂ ਨੂੰ ਮੈਂ ਫੜਾ ਵੀ ਆਉਣੀ ਆ ਸਰਵ ਵੀ ਘਰੇ ਆਉਣੀ ਆ ਪਤਨੀਆਂ ਨੂੰ ਬੈਠਿਆ ਨੂੰ ਖਾਣਾ ਦੇਣਾ ਪੈਂਦਾ ਅੱਛਾ ਲੱਗਦਾ ਪਰ ਹਨਾ ਟਾਈਮ ਹੋ ਰਿਹਾ 8:30 ਦਾ ਡਿਨਰ ਸਾਡਾ ਹੋ ਗਿਆ ਤੇ ਮੈਂ ਸਵੇਰੇ ਦੀ ਸਬਜ਼ੀ ਵੀ ਕੱਟ ਕੇ ਰੱਖਤੀ ਕੱਟ ਕੇ ਮੈਂ ਕੰਟੇਨਰ ਚ ਪਾ ਕੇ ਰੱਖਤੀ ਸਵੇਰੇ ਮੈਂ ਬਣਾਉਣੀ ਆ ਪੱਤਾ ਗੋਭੀ ਹਨਾ ਕੈਬੇਜ ਪੱਤਾ ਗੋभी ਬਣਾਉਣੀ ਪੱਤਾ ਗੋभी ਕੱਟ ਕੇ ਰੱਖਤੀ ਪਿਆਜ਼ ਛਿੱਲੇ ਪਏ ਨੇ ਆਲੂ ਸਵੇਰੇ ਕਟਾਂਗੇ ਟਮਾਟਰ ਮੇਰੇ ਕੋਲ ਫਰੋਜ਼ਨ ਪਏ ਨੂੰ ਯੂਜ਼ ਕਰੂੰ ਤਾਂ ਫਰੈਸ਼ ਵੀ ਪਏ ਨੇ ਫਿਰ ਮੈਂ ਕਿਹਨੂੰ ਫਰੋਜ਼ਨ ਯੂਜ਼ ਕਰ ਲਵਾਂਗਾ ਥੋੜੀ ਮਟਰ ਪਾਵਾਂਗਾ ਉਹਦੇ ਵਿੱਚ ਮਿਕਸ ਵੈਜ ਬਣ ਜੂਗੀ ਦਵਿੰਦਰ ਪਹਿਲਾਂ ਖਾਂਦੇ ਨਹੀਂ ਸੀ ਪੱਤਾ ਗੋभी ਤੇ ਹੁਣ ਕੁਝ ਸਾਲਾਂ ਤੋਂ ਖਾਣ ਲੱਗ ਗਏ ਜੋ ਮੈਂ ਸਾਰਾ ਕੁਝ ਮਿਕਸ ਕਰਕੇ ਬਣਾਉਣੀ ਆ ਆਲੂ ਮਟਰ ਪਾ ਕੇ ਹਨਾ ਫਿਰ ਖਾਣਾ ਦੇ ਨੇ ਰੁੱਖੀ ਸਬਜ਼ੀ ਵੀ ਬਾਅਦ ਚ ਕਹਿੰਦੇ ਨੇ ਹੋਰ ਪਾ ਦੋ ਬਹੁਤ ਖੁਸ਼ ਹੋ ਕੇ ਖਾਂਦੇ ਨੇ ਕਹਿੰਦੇ ਬਹੁਤ ਸਵਾਦ ਬਣ ਗਿਆ ਸਬਜ਼ੀ ਮੈਂ ਕਿਹਾ ਸਵਾਦ ਪਿਉ ਨਾ ਪਾ ਚੀਤਰਾ ਬਣਾਈ ਸ਼ੌਂਕ ਨਾਲ ਇੱਕ ਮੇਰੀ ਹੱਥ ਤੇ ਮੈਂ ਹਰ ਇੱਕ ਚੀਜ਼ ਬਹੁਤ ਸ਼ੌਂਕ ਨਾਲ ਬਣਾਉਣੀ ਹੈ ਇਹ ਨਹੀਂ ਹੈਗਾ ਵੀ ਹੁਣ ਸਬਜੀ ਦਾ ਟਾਈਮ ਹੋ ਗਿਆ ਮੀਨ ਲਾਓ ਤੜਕਾ ਚਲੋ ਜੀ ਨਾਣ ਮਿਰਚ ਪਾਤਾ ਪਹਿਰਾਣ ਦੀ ਕੱਟਤੀ ਆਏ ਨਹੀਂ ਮੈਂ ਬਹੁਤ ਸ਼ੌਂਕ ਨਾਲ ਬਣਾਉਣੀ ਪਤਾ ਹੀ ਹੁਣ ਤੁਸੀਂ ਹੁਣ ਤੱਕ ਤੁਸੀਂ ਮੇਰੇ ਵਲੌਗਸ ਦੇਖ ਕੇ ਸਮਝ ਗਏ ਹੋਗੇ ਮੈਨੂੰ ਸੀ ਤੋਂ ਕੁਕਿੰਗ ਸੀ ਤੋਂ ਕਲੀਨਿੰਗ ਦੋਨੇ ਚੀਜ਼ਾਂ ਦਾ ਬਹੁਤ ਬਹੁਤ ਜ਼ਿਆਦਾ ਸ਼ੌਕ ਆ ਕੁਕਿੰਗ ਦਾ ਵੀ ਤੇ ਕਲੀਨਿੰਗ ਦਾ ਵੀ ਹੈ ਨਾ ਮੇਰਾ ਕੁਕਿੰਗ ਤਾਂ ਕਦੇ ਵੀ ਦਿਲ ਨਹੀਂ ਆਕਦਾ ਹੈਗਾ ਕਦੇ ਵੀ ਕੁਝ ਵੀ ਬਣਾਉਣਾ ਹੋਵੇ ਤਾਂ ਇਹ ਦੋ ਸਬਜ਼ੀਆਂ ਚਾਰ ਸਬਜ਼ੀਆਂ ਇਕੱਠੀਆਂ ਬਣਾਉਣ ਨੂੰ ਵੀ ਮੈਂ ਤਿਆਰ ਆ ਮੇਰਾ ਬਿਲਕੁਲ ਵੀ ਦਿਲ ਨਹੀਂ ਆਕਦਾ ਹੈਗਾ ਕੁਕਿੰਗ ਕਰਕੇ ਮੈਂ ਬੋਰ ਨਹੀਂ ਹੁੰਦੀ ਬਸ ਉਹੀ ਗੱਲ ਆ ਮੈਂ ਆਂਦੀ ਫੇ ਪੱਖੂ ਬੰਦਾ ਠੀਕ ਹੋਣਾ ਚਾਹੀਦਾ ਕੁਕਿੰਗ ਕਰਦੀ ਨੇ ਮੈਂ ਆਖਦੀ ਸਫਾਈ ਕਰਦੀ ਨੇ ਮੈਂ ਆਖਦੀ ਮੈਨੂੰ ਦੋਨੇ ਕੰਮ ਹੀ ਬਹੁਤ ਵਧੀਆ ਲੱਗਦੇ ਨੇ ਤੇ ਇਹ ਵਲੌਗ ਅੱਜ ਵੀ ਨਾ ਪੂਰਾ ਹੋਇਆ ਹੈਗਾ ਅੱਜ ਦਿਨ ਮੇਰਾ ਸਾਰਾ ਸਾਰਾ ਵੇਸਟ ਨਹੀਂ ਮੈਨੂੰ ਲੱਗਦਾ ਵੀ ਅੱਧਾ ਟਾਈਮ ਹੀ ਅੱਜ ਵੇਸਟ ਹੋ ਗਿਆ ਪਰ ਚਲੋ ਕੋਈ ਗੱਲ ਨਹੀਂ ਕਰਦੇ ਆਪਾਂ ਕੰਮ ਸੋਚਦੇ ਹੁੰਦੇ ਨਹੀਂਗੇ ਕਦੇ ਕਦੇ ਆਪਾਂ ਕੋਈ ਸੋਚ ਸੋਚਦੇ ਨਹੀਂ ਹੈਗੇ ਤਾਂ ਉਸ ਦਿਨ ਬਹੁਤ ਕੰਮ ਹੋ ਜਾਂਦੇ ਨੇ ਤੇ ਮੈਨੂੰ ਲੱਗਦਾ ਵੀ ਕੱਲ ਨੂੰ ਫੇਰ ਮੈਨੂੰ ਇਹ ਹੀ ਵਲੌਗ ਕੰਟੀਨਿਊ ਕਰਨਾ ਪਊਗਾ ਕਿਉਂਕਿ ਧੰਮ ਨਹੀਂ ਹੋਇਆ ਵਲੌਗ ਹਲੇ ਤੇ ਮੀਨਸ ਪੂਰਾ ਨਹੀਂ ਹੋਇਆ ਹੈਗਾ ਹਲੇ ਛੋਟਾ ਹੀ ਰਹਿ ਜਾਣਾ ਹੈ ਇਸ ਲਈ ਮੈਂ ਦੇਖੂਗੀ ਸਵੇਰੇ ਫੇਰ ਕੰਟੀਨਿਊ ਕਰੂੰਗੀ ਸੋ ਗੁੱਡ ਨਾਈਟ ਟੂਮ ਮਾਰਨਿੰਗ ਦਾ ਟਾਈਮ ਸੀਗਾ ਹੋਗੀ ਸਵੇਰ ਗੁੱਡ ਮਾਰਨਿੰਗ ਸਾਰਿਆਂ ਨੂੰ ਮੈਂ ਬਣਾਉਣ ਲੱਗੀ ਫਟਾਫਟ ਸਬਜੀ ਇੱਕ ਸਾਈਡ ਤੇ ਮੈਂ ਦਵਿੰਦਰ ਚਾਹ ਰੱਖੀ ਹੋਈ ਸੀ ਮੈਂ ਗੈਸ ਨੂੰ ਆਨ ਕਰੇ ਹਾਲ ਕਰਦੇ ਆ ਗੈਸ ਆਨ ਮੈਂ ਪਾਣੀ ਪਾਇਆ ਪੈ ਸੀ ਪੈਨ ਚਾਹ ਦਾ ਤੇ ਇਹ ਹੈਗੇ ਦਵਿੰਦਰ ਉੱਠ ਕੇ ਚਲੇ ਗਏ ਵਾਸ਼ਰੂਮ ਤੇ ਮੈਂ ਫਟਾਫਟ ਆ ਕੇ ਇੱਕ ਸਾਈਡ ਤੇ ਚਾਹ ਰੱਖ ਲਈ ਚਾਹ ਦਾ ਪਾਣੀ ਪਾਏ ਪੈ ਗੈਸ ਕਰਦੇ ਆਨ ਤੇ ਸਬਜੀ ਬਣਾਉਣੀ ਰੱਖਤੀ ਜਿਵੇਂ ਮੈਂ ਰਾਤ ਮੈਂ ਪੱਤਾ ਗੋਭੀ ਕੱਟ ਕੇ ਮੈਂ ਰੱਖਤੀ ਸੀ ਡੱਬੇ ਵਿੱਚ ਪਾ ਕੇ ਮਟਰ ਆਲਰੇਡੀ ਖੱਡੇ ਪਈ ਸੀ ਇਹ ਤੇ ਆਲੂ ਕੱਟ ਲੇ ਪਿਆ ਆ ਛਿੱਲੇ ਪਏ ਸੀ ਚੌਪ ਚੌਪ ਕਰ ਲੇ ਫਟਾਫਟ ਫਿਰ ਸਾਰਾ ਕੰਮ ਹੋ ਜਾਂਦਾ ਆਪਣੀ ਕੁਛ ਨੂੰ ਨਾ ਕੁਛ ਤਿਆਰੀ ਹੋਵੇ ਨਾ ਜੇ ਆਰ ਇਹ ਕੰਮ ਕਰਦੇ ਕਰਦੇ ਮੈਨੂੰ ਥੋੜਾ ਜਿਹਾ ਆਈ ਵੀ ਫੀਲ ਆ ਰਿਹਾ ਸੀ ਜਿਹਨੂੰ ਬੱਚੇ ਹੁੰਦੇ ਸੀ ਮੈਂ ਵੀ ਉਦੋਂ ਸਵੇਰ ਸਵੇਰੇ ਇੰਨੀ பிਸੀ ਹੁੰਦੀ ਸੀ ਉਦੋਂ ਚਾਹ ਪਾਣ ਦਾ ਟਾਈਮ ਹੁੰਦਾ ਹਨਾ ਉਦੋਂ ਤੋਂ ਆਏ ਹੁੰਦਾ ਵੀ ਬੱਚਿਆਂ ਨੂੰ ਠਾਉਣ ਤੋਂ ਪਹਿਲਾਂ ਪਹਿਲਾਂ ਮੈਂ ਸਬਜ਼ੀ ਬਣਾਉਂਦਾ ਆ ਅੱਠ ਗੋਨ ਕੇ ਰੱਖਦਾ ਆ ਬੱਚਾ ਦੇ ਟਿਫਨ ਬਾਹਰ ਕੱਢ ਲਾਂਦੀ ਪੋਣੇ ਕੋਲੇ ਰੱਖ ਲਾਂਦੀ ਬੋਟਲਸ ਭਰ ਕੇ ਰੱਖ ਲਾਂਦੀ ਫਿਰ ਮੈਂ ਬੱਚਿਆਂ ਨੂੰ ਠਾਵਾ ਕਿਉਂਕਿ ਜੇ ਬੱਚੇ ਉੱਠ ਖੜਦੇ ਨੇ ਫਿਰ ਆਏ ਹੁੰਦਾ फटाफट ਬੱਚਿਆਂ ਨੂੰ ਕਹਿਣਾ ਪੈਂਦਾ ਬ੍ਰਸ਼ ਕਰੋ ਆਏ ਕਰੋ ਹਨਾ ਦੁੱਧ ਪੀ ਲੋ ਕੀ ਪੀਣਾ ਕੀ ਖਾਣਾ ਬੜੀ ਰੇਲ ਬਣਦੀ ਹੁੰਦੀ ਸੀ ਉ ਹਮਨੋਂ ਟਾਈਮ ਯਾਦਾ ਹਿੰਦਾ ਵੀ ਉਹ ਵੀ ਟਾਈਮ ਸੀ ਬਹੁਤ ਬਿਜ਼ੀ ਸੀ ਮੈਂ ਤੇ ਹੁਣ ਤਾਂ ਹੀ ਹੁੰਦਾ ਵੀ ਚਲੋ ਸਬਜੀ ਤਾਂ ਕੋਈ ਟਾਈਮ ਨਹੀਂ ਲਾਈਕ ਫਿਕਸ ਹੈਗਾਗਾ ਆ ਤਾਂ ਮੈਂ ਸਵੇਰੇ ਸਵੇਰੇ ਵੈਸੇ ਬਣਾਉਣ ਲੱਗੀ ਵੀ ਚਲੋ ਫਿਰ ਕੋਈ ਨਾ ਕੋਈ ਹੋਰ ਕੰਮ ਦੇਖਾਂਗੇ ਜਿਵੇਂ ਤਿਆਰੀ ਆਲਰੇਡੀ ਕਰੀ ਪਈ ਸੀ ਰਹਾ ਦੀ ਸਬਜੀ ਤਾਂ ਮੈਂ ਬਣਾਉਣ ਲੱਗੀ ਸਵੇਰੇ ਉੱਠ ਕੇ ਹੀ ਉੱਪਰ ਸਬਜੀ ਆਪਾਂ ਬਣਾਉਣੀ ਸਾਰਾ ਕੁਝ ਪਾ ਕੇ ਕੜਾਈ ਆਪਾਂ ਬੰਦ ਕਰਤੀ ਫਿਰ ਸਲੋ ਗੈਸ ਤੇ ਹੌਲੀ ਹੌਲੀ ਬਣੀ ਚੱਲੂਗੀ ਕਉਂਕਿ ਸਵੇਰੇ ਨਹੀਂ ਕਿ ਮੋਟੇ ਹੋਰ ਕੰਮ ਕਿੰਨੇ ਹੋ ਜਾਂਦੇ ਨੇ ਦੁੱਧ ਧਾਊਗਾ ਦੁੱਧ ਘਰਮ ਕਰਨਾ ਹਨਾ ਕੋਈ ਭਾਂਡੇ ਸਾਫ਼ ਕਰਨੇ ਚਾਹ ਪਾਣੀ ਕਰਨਾ ਤੇ ਤਾਂ ਕਰਕੇ ਮੈਂ ਅੱਜ ਸਵੇਰ ਹੀ ਲੱਗੀ ਸਬਜ਼ੀ ਬਣਾਉਣਾ ਤੇ ਬਣਾ ਰਹੀ ਹਾਂ ਪੱਤਾ ਗੋਭੀ ਆਲੂ ਮਟਰ ਮਿਕਸ ਸਬਜ਼ੀ ਮੈਂ ਸਰਦੀਆਂ 'ਚ ਮੌਜਾ ਸਬਜ਼ੀਆਂ ਦੀ ਕਿਸੇ ਵੀ ਸਬਜ਼ੀ ਦਾ ਕਿਸੇ ਵੀ ਸਬਜ਼ੀ ਦਾ ਕੰਬੀਨੇਸ਼ਨ ਕਰਕੇ ਆਪਾਂ ਬਣਾ ਸਕਦੇ ਹਾਂ ਨਾ ਗਾਜਰ ਮਟਰ ਆਲੂ ਮਟਰ ਪੱਤਾ ਗੋਭੀ ਆਲੂ ਪਾ ਲਓ ਮਟਰ ਹੈ ਕਿ ਉਹ ਪਾ ਲਓ ਗੋਭੀ 'ਚ ਮਟਰ ਪਾ ਲਓ ਤੁਹਾਨੂੰ ਬਣ ਗਈ ਸੀ ਚਾਂਦਵਿੰਦਰ ਤੇ ਇਹਨਾਂ ਨੂੰ ਕਰਕੇ ਆਉਣੀਆ ਚਾਹ ਸਰ ਇਹ ਪੀਣਗੇ ਚਾਹ ਪੀਂਗੀ ਨਾ ਨॉर्मਲ ਖਾਣੇ ਚ ਨਾ ਮੇਰੇ ਪਿਓ ਹੇ ਬਹੁਤ ਬਹੁਤ ਖਲਾਰਾ ਡੱਬੇ ਡੁੱਬੇ ਟੱਕੜ ਮੈਂ ਇੱਕ ਵਾਰ ਖੋਲ ਕੇ ਰੱਖਦਾ ਨਾ ਇਹ ਸਾਫ ਕਰਦੇ ਵਿੱਚੋਂ 스멜 ਨਾ ਆਵੇ ਉਹਨੇ ਉਹਨੂੰ ਕਰਦੀ ਬੰਦ ਬਿਲਕੁਲ ਡਰਾਈ ਹੋ ਚੁੱਕੀਆਂ ਨੇ ਇਹ ਉਹਨਾਂ ਡਰਾਈ ਕਰਕੇ ਰੱਖਦੇ ਪਰ ਫਿਰ ਵੀ ਨਾ ਮੈਨੂੰ ਐਂ ਬਹਿਣ ਹੁੰਦਾ ਜੇ ਥੋੜੀ ਜਿਹੀ ਵੀ ਗਿੱਲੀ ਰਹਿ ਗਈ ਵਿੱਚੋਂ 스멜 ਆ ਜੇ ਤੇ ਹੁਣ ਮੈਂ ਨਾ ਇਹ ਵਾਲਾ ਖਾਣਾ ਸੈੱਟ ਕਰ ਰਹੀ ਸੀ ਨੂੰ ਮੈਂ ਕਾਫੀ ਵਾਰ ਦੇਖ ਦੇ ਕੇ ਇਗਨੋਰ ਕਰ ਚੁੱਕੀ ਸੀ ਦੋ ਦਿਨਾਂ ਤੋਂ ਇਗਨੋਰ ਕਰ ਰਹੀ ਸੀ ਕਿਉਂਕਿ ਫਿਰ ਆਪਦੇ ਆਪ ਨੂੰ ਨਾ ਬੁਰਾ ਲੱਗਦਾ ਕਿ ਇਸੇ ਵੀ ਖਾਣੇ ਚ ਖਲਾਰਾ ਪਿਆ ਹੋਵੇ ਚ ਖਾਲੀ ਡੱਬੇ ਡੱਬੀਆਂ ਕੰਟੇਨਰ ਐ ਬਸ ਇੱਕ ਜਗ੍ਹਾ ਰੱਖ ਦਉਣੀ ਮੈਂ ਤੇ ਇੱਕ ਵਾਰ ਮੈਂ ਟੱਕਣ ਖੋਲ ਕੇ ਰੱਖ ਦਿੰਨੀ ਵੀ ਕਿਸੇ ਤਰ੍ਹਾਂ ਮੇਰੇ ਵਿੱਚ ਸਮੈਲ ਨਾ ਹੋ ਜੇ ਤੇ ਫਿਰ ਮੈਂ ਬਾਅਦ ਵਿੱਚ ਟੱਕਣ ਬੰਦ ਕਰਦੀ ਹੁੰਦੀ ਆ ਬਾਅਦ ਵਿੱਚ ਕਿ ਜਦੋਂ ਪੂਰਾ ਖਲਾਰਾ ਪੈ ਜਾਂਦਾ ਆਪਦਾ ਆਪ ਨੂੰ ਬੁਰਾ ਲੱਗਣ ਲੱਗਦਾ ਫਿਰ ਬੰਦ ਕਰਦੀ ਹੁੰਦੀ ਆ ਆ ਹਾਲ ਹੋਇਆ ਪਿਆ ਸੀਗਾ ਐਦਾ ਹੁੰਦਾ ਰਹਿੰਦਾ ਖਲਾਰਾ ਵੀ ਹੁੰਦਾ ਫਿਰ ਸਫਾਈ ਵੀ ਕਰਨੀ ਪੈਂਦੀ ਹੈ ਫਿਰ ਖਲਾਰਾ ਪੈਂਦਾ ਇਹ ਪ੍ਰੋਸੈਸ ਚੱਲਦਾ ਰਹਿੰਦਾ ਜੇ ਖਲਾਰਾ ਪਊਗਾ ਫਿਰ ਹੀ ਆਪਾਂ ਸਫਾਈ ਕਰਾਂਗੇ ਹਨਾ ਤਾਂ ਫਿਰ ਜਦ ਤੱਕ ਖਲਾਰਾ ਇਹ ਹੁੰਦਾ ਪੈਂਦਾ ਗੰਦਨ ਨਹੀਂ ਹੁੰਦਾ ਕੋਈ ਵੀ ਚੀਜ਼ ਆਪਾਂ ਸਫਾਈ ਨਹੀਂ ਕਰਦੇ ਹੈਗੇ ਸੋ ਇਹ ਨਾ ਕਰ ਕਰ ਦੀ ਕਹਾਣੀਆਂ ਹਨਾ ਖਲਾਰਾ ਵੀ ਪੈਂਦਾ ਸਫਾਈ ਵੀ ਹੁੰਦੀ ਆ ਚੱਲਦਾ ਰਹਿੰਦਾ ਪ੍ਰੋਸੈਸ ਆਪਣਾ ਘਰਾਂ ਚ ਫਿਰ ਦੀ ਆਪਾਂ ਬਿਜੀ ਰਹਿੰਦੇ ਆਂਦੇ ਲੱਗੇ ਰਹਿੰਦੇ ਫਿਰ ਜੇ ਆਪਾਂ ਨੂੰ ਕੰਮ ਮਿਲਦਾ ਕੋਈ ਨਾ ਕੋਈ ਚਲੋ ਇਹਸ ਨਾਲ ਕਰਮੇ ਵੀਡੀਓ ਦਾ ਐਂਡ ਵੀਡੀਓ ਦੇਖਣ ਲਈ ਬਹੁਤ 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 ਥੈਂਕ ਯੂ ਵੀਡੀਓ ਚਿਲੋ ਕੀਤਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਤੇ ਪਲੀਜ਼ ਫਸਟ ਟਾਈਮ ਵਿਜ਼ਿਟ ਕਰਦੇ ਹੋ ਨਾ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਤਾਂ ਕਿ ਆਉਣ ਵਾਲੇ ਵੀਡੀਓਸ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ